ਹਾਂਜੀ ਸੱਜਣ ਪਿਆਰਿਓ ਅਤੇ ਮਾਂ ਦੇ ਦਲਾਰਿਓ, ਸਵਾਗਤ ਆ ਤੁਹਾਡਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਕੌਫੀ ਵਿਦ ਕਚਨਾਰ। ਕੌਫੀ ਅਕਸਰ ਤੁਸੀਂ ਪੀਂਦੇ ਰਹਿੰਦੇ ਹੋ ਅਤੇ ਅੱਜ ਤੁਹਾਨੂੰ ਕੌਫੀ ਦੇ ਨਾਲ ਨਾਲ ਕਚਨਾਰ ਦੇ ਦਰਸ਼ਨ ਦਿਦਾਰ ਕਰਾਵਾਂਗੇ। ਕਚਨਾਰ ਦੀਆਂ ਕੀ ਬਰੀਕੀਆਂ ਨੇ, ਕਚਨਾਰ ਦੀ ਕੀ ਖੂਬਸੂਰਤੀ ਆ, ਉਹਦੀਆਂ ਵੀ ਗੱਲਾਂ ਕਰਾਂਗੇ। ਸੋ ਕਚਨਾਰ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਇੱਕ ਹਜ਼ਾਰਾ ਸਿੰਘ ਗੁਰਦਾਸਪੁਰੀ ਦੀ ਮੈਨੂੰ ਕਵਿਤਾ ਯਾਦ ਆ ਰਹੀ ਹੈ, ਕੂਲਾਂ ਵਗਦੀਆਂ ਉਹ ਖਿੜ ਖਿੜ ਫੁੱਲਾਂ ਕਚਨਾਰ ਦਿਆ, ਅਸੀਂ ਅੱਥਰੂ ਵੀ ਬੀਜੇ ਅਸੀਂ ਮੁੜਕਾ ਵੀ ਬੀਜਿਆ, ਤੇਰੀਆਂ ਰੁੱਤਾਂ ਦਾ ਹਾਲਾਂ ਚਿੱਤ ਨਹੀਂ ਰੀਝਿਆ, ਸਾਡੇ ਖਾਬਾਂ ਵਿੱਚ ਉਹ ਸਾਡੇ ਖਾਬਾਂ ਵਿੱਚ ਸੈਨਤਾ ਮਾਰ ਦਿਆ, ਖਿੜ 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 ਫੁੱਲਾਂ ਕਚਨਾਰ ਦਿਆ। ਸੋ ਦੋਸਤੋ, ਜਿਹੜੇ ਸੱਜਣਾਂ ਨੇ ਪਹਿਲਾਂ ਨਹੀਂ ਦੇਖਿਆ ਤਾਂ ਇਹ ਕਚਨਾਰ ਦਾ ਖੂਬਸੂਰਤ ਫੁੱਲ ਹੈ। ਕਚਨਾਰ ਦਾ ਜਿਹੜਾ ਰੁੱਖ ਹੈ ਜਿਹਦੇ ਥੱਲੇ ਆਪਾਂ ਅੱਜ ਗੱਲਬਾਤ ਸਾਂਝੀ ਕਰ ਰਹੇ ਹਾਂ, ਕਚਨਾਰ ਦੇ ਇਸ ਰੁੱਖ ਨੂੰ ਜਿਹੜੇ ਗੋਰੇ ਕੈਮਲ ਫੁੱਟ ਟ੍ਰੀ ਕਹਿੰਦੇ ਆ, ਬਟਰਫਲਾਈ ਟ੍ਰੀ ਕਹਿੰਦੇ ਆ, ਔਰਕਿਡ ਟ੍ਰੀ ਕਹਿੰਦੇ ਆ, ਕਈ ਨਾਵਾਂ ਨਾਲ ਜਾਣਿਆ ਜਾਂਦਾ। ਹੁਣ ਤੁਸੀਂ ਸੋਚਦੇ ਹੋਵੋਗੇ ਕੈਮਲ ਫੁੱਟ ਟ੍ਰੀ ਕਿਉਂ ਕਹਿੰਦੇ ਆ, ਮਤਲਬ ਊਠ ਪੈਰ ਦਰਖਤ। ਸੱਜਣੋ, ਇਹਦੇ ਪੱਤੇ ਦੀ ਜਿਹੜੀ ਸ਼ੇਪ ਹੈ, ਆਕਾਰ ਹੈ, ਜਦੋਂ ਇਸ ਨੂੰ ਸਮਤਲ ਕਰਕੇ ਦੇਖਦੇ ਆ ਤਾਂ ਉਹਦੀ ਦਿੱਖ ਜਿਹੜੀ ਬਿਲਕੁਲ ਇੱਦਾਂ ਬਣ ਜਾਂਦੀ ਜਿੱਦਾਂ ਊਠ ਦੀ ਪੈਡ ਹੋ, ਔਰ ਜਦੋਂ ਇਸਦੇ ਛੋਟੇ ਪੱਤਿਆਂ ਨੂੰ ਦੇਖਦੇ ਆ, ਛੋਟੇ ਪੱਤੇ ਇਹਦੇ ਤਿਤਲੀ ਦਾ ਭੁਲੇਖਾ ਪਾਉਂਦੇ ਆ, ਤਾਂ ਇਸ ਕਰਕੇ ਇਹਨੂੰ ਬਟਰਫਲਾਈ ਟ੍ਰੀ ਕਿਹਾ ਜਾਂਦਾ। ਕਚਨਾਰ ਦੀਆਂ ਪੂਰੇ ਵਿਸ਼ਵ ਦੇ ਵਿੱਚ ਅਨੇਕਾਂ ਜਿਹੜੀਆਂ ਹੈਗੀਆਂ ਕਿਸਮਾਂ, ਜਾਤੀਆਂ ਜਿਹੜੀਆਂ ਹੈਗੀਆਂ ਵੇਖਣ ਨੂੰ ਮਿਲਦੀਆਂ ਨੇ। ਅਤੇ ਜਦੋਂ ਅਸੀਂ ਪੰਜਾਬ 'ਚ ਗੱਲ ਕਰਦੇ ਹਾਂ, ਇਹ ਬਹੁਨੀਆਂ ਜਾਤੀ ਦੇ ਜਿਹੜੇ ਪੌਦੇ ਨੇ, ਕਿਸਮਾਂ ਨੇ ਇਹਦੀਆਂ, ਮੋਟੇ ਤੌਰ 'ਤੇ ਫੁੱਲਾਂ ਦੇ ਖਾਤਰ ਸਾਡੇ ਕੋਲ ਤਿੰਨ ਨੇ, ਬਹੁਨੀਆਂ ਬਲੈਕੀਆਨਾ, ਬਹੁਨੀਆਂ ਪਰਪੇਰੀਆ ਅਤੇ ਬਹੁਨੀਆਂ ਵਿਰੀਗੇਟਾ। ਇਹ ਤਿੰਨੋਂ ਬਹੁਨੀਆਂ ਜਾਤੀ ਦੇ ਜਿਹੜੇ ਪੌਦੇ ਨੇ, ਇਹਨਾਂ ਤਿੰਨਾਂ ਦੇ ਸਭ ਤੋਂ ਇੰਪੋਰਟੈਂਟ ਚੀਜ਼ ਤਾਂ ਇਹ ਹੈ ਕਿ ਜਿਹੜੇ ਫੁੱਲਾਂ ਦਾ ਜਿਹੜਾ ਸਮਾਂ, ਫੁੱਲ ਪੈਣ ਦਾ ਸਮਾਂ ਬੜਾ ਅਲੱਗ ਅਲੱਗ ਹੈ। ਬਹੁਨੀਆਂ ਵੇਰੀਗੇਟਾਂ ਨੂੰ ਜਿਹੜੇ ਫੁੱਲ ਹੈ ਉਹ ਫਰਵਰੀ ਮਾਰਚ ਦੇ ਵਿੱਚ ਪੈਂਦੇ ਆ, ਅਤੇ ਜਿਹੜੇ ਕਚਨਾਰ ਥੱਲੇ ਆਪਾਂ ਬੈਠੇ ਹਾਂ ਅਤੇ ਜਿਹੜਾ ਮੈਂ ਤੁਹਾਨੂੰ ਫੁੱਲ ਦਿਖਾ ਰਿਹਾ ਸੀ, ਇਹ ਬਲੈਕੀਅਨ ਹੈ। ਇਹਨੂੰ ਦਸੰਬਰ ਦੇ ਵਿੱਚ ਫੁੱਲ ਪੈਣੇ ਸ਼ੁਰੂ ਹੋ ਜਾਂਦੇ, ਦਸੰਬਰ ਅਖੀਰ ਤੋਂ, ਫਿਰ ਦੋ ਤਿੰਨ ਮਹੀਨੇ ਫੁੱਲ ਇਹਦੇ ਚੱਲਦੇ ਆ। ਅਤੇ ਜਿਹੜਾ ਇੱਕ ਇਹਦੀ ਕਿਸਮ ਬਹੁਨੀਆਂ ਪਰਪੇਰੀਆ, ਉਹਨੂੰ ਅਕਤੂਬਰ ਦੇ ਵਿੱਚ ਫੁੱਲ ਪੈਣੇ ਸ਼ੁਰੂ ਹੁੰਦੇ ਆ, ਅਤੇ ਜਿਹੜੇ ਜਦੋਂ ਦਸੰਬਰ ਇਹਦੇ ਫੁੱਲ ਪੈਣੇ ਸ਼ੁਰੂ ਹੁੰਦੇ ਆ ਅਤੇ ਉਹਦੇ ਖਤਮ ਹੋ ਜਾਂਦੇ ਆ। ਸੋ ਇਹਦੇ ਜਿਹੜੇ ਫੁੱਲਾਂ ਦੀ ਜਿਹੜੀ ਖੂਬਸੂਰਤੀ ਆ, ਇਹਦਾ ਈਵਨ ਹਿੰਦੀ ਕੱਚੀ ਕਲੀ ਕਚਨਾਰ ਦੀ ਗਾਣਿਆਂ 'ਚ ਵੀ ਜ਼ਿਕਰ ਆਉਂਦਾ, ਇਹ ਖੂਬਸੂਰਤੀ ਦੇ ਨਾਲ ਨਾਲ ਕਈ ਕਈ ਵੱਖ ਵੱਖ ਪਹਿਲੂਆਂ ਤੋਂ ਸਾਡੇ ਲਈ ਗੁਣਕਾਰੀ ਵੀ ਹੋਰ ਨਿਬੜਦਾ। ਸਭ ਤੋਂ ਪਹਿਲਾਂ ਤਾਂ ਜਿਹੜੇ ਤੁਸੀਂ ਖੂਬਸੂਰਤ ਫੁੱਲ ਹੀ ਦੇਖ ਰਹੇ ਹੋ, ਇਸ ਤੋਂ ਬਿਨਾਂ ਇਹਦਾ ਜਿਹੜਾ ਸੱਕ ਆ, ਬਾਰਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਰੰਗਾਈ ਅਤੇ ਚਮੜੀ ਦੇ ਰੋਗ ਠੀਕ ਕਰਨ ਲਈ ਵਰਤਿਆ ਜਾਂਦਾ। ਦੋਸਤੋ, ਇਹਦੇ ਖਾਸ ਤੌਰ 'ਤੇ ਜਿਹੜੀਆਂ ਕਚਨਾਰ ਦੀਆਂ ਜੜ੍ਹਾਂ ਹੁੰਦੀਆਂ ਪੁਰਾਣੇ ਵੇਲਿਆਂ ਦੇ ਵਿੱਚ, ਬਜ਼ੁਰਗ ਜਿਹੜੇ ਸੀਗੇ ਵੀ ਬਦਹਜ਼ਮੀ, ਅਤੇ ਉਸ ਤੋਂ ਵੀ ਇੰਪੋਰਟੈਂਟ ਜਦੋਂ ਜੇ ਕਿਸੇ ਦੇ ਸੱਪ ਕੱਟਿਆ ਵਾਲਾ ਜਿਹੜੇ ਸਥਾਨ ਹੁੰਦਾ ਸੀ, ਉਹਦੇ 'ਤੇ ਮੱਲਮ ਲਾਉਣ ਲਈ, ਬਣਾਉਣ ਲਈ ਦਵਾਈਆਂ, ਜਿਹੜੇ ਨੁਸਖੇ ਤਿਆਰ ਕਰਦੇ ਸੀ। ਜਿਹੜੇ ਫੁੱਲ ਹੈ, ਸਮਾਂ ਪਾ ਕੇ ਇਹ ਫੁੱਲ ਫਲੀਆਂ 'ਚ ਤਬਦੀਲ ਹੋ ਜਾਂਦੇ। ਪੁਰਾਣੇ ਵੇਲਿਆਂ 'ਚ ਹਜੇ ਵੀ ਵੈਸੇ ਜਿਨ੍ਹਾਂ ਨੂੰ ਨੌਲੇਜ ਹੈਗੀ ਆ, ਉਹ ਲੋਕ ਇਹਦੀਆਂ ਕਰੁੰਬਲਾਂ, ਇਹਦੇ ਪੱਤੇ, ਇਹਦੇ ਫੁੱਲ, ਇਹਦੀਆਂ ਫਲੀਆਂ, ਇਹਨਾਂ ਤੋਂ ਸਬਜ਼ੀ ਅਕਸਰ ਘਰਾਂ 'ਚ ਸਬਜ਼ੀ ਬਣਦੀ ਸੀ। ਅੱਜ ਅਸੀਂ ਹੋਰ ਚੀਜ਼ਾਂ ਮਗਰ ਵੈਸੇ ਲੱਗ ਗਏ ਹਾਂ, ਰਾਇਤੇ ਦੇ ਵਿੱਚ ਵੀ ਜਿਹੜੀਆਂ ਇਹਦੀਆਂ ਫਲੀਆਂ ਨੂੰ ਬਰੀਕ ਕਰਕੇ ਪਾ ਕੇ ਖਾਂਦੇ ਸੀ, ਅਚਾਰ ਵੀ ਪਾ ਲੈਂਦੇ ਸੀ। ਉਸ ਤੋਂ ਬਿਨਾਂ ਇਹ ਦਸਤ ਰੋਗ, ਪਿਸ਼ਾਬ ਰੋਗ, ਜਿਗਰ ਦੇ ਰੋਗ, ਜਾਣੀ ਕਿ ਲਿਵਰ ਦੇ ਰੋਗ ਆ, ਉਹਨਾਂ ਨੂੰ ਠੀਕ ਕਰਨ ਲਈ ਇਹ ਤੋਂ ਨੁਸਖੇ ਜਿਹੜੇ ਅਕਸਰ ਲੋਕ ਤਿਆਰ ਕਰਦੇ ਆ। ਇੱਕ ਕਚਨਾਰ ਦੇ ਰੁੱਖ ਦੀ ਇੱਕ ਹੋਰ ਵੀ ਇੱਕ ਅਹਿਮੀਅਤ ਹੈ ਕਿ ਸਾਨੂੰ 1947 ਦੇ ਵਿੱਚ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ, ਉਸ ਤੋਂ ਬਾਅਦ ਜਦੋਂ ਪਹਿਲੀ ਵਾਰੀ ਜਿਹੜਾ ਵਣ ਮਹਾਂ ਉਤਸਵ ਮਨਾਇਆ ਗਿਆ, ਸਪਤਾਹ ਦੇ ਤੌਰ 'ਤੇ, ਵੀਕ ਦੇ ਤੌਰ 'ਤੇ ਮਨਾਇਆ ਗਿਆ ਸੀ, ਤਾਂ ਉਸ ਵਕਤ ਜਿਹੜਾ ਪਹਿਲਾ ਪੌਦਾ ਜਿਹੜਾ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਨੇ ਲਾਇਆ ਸੀ, ਉਹ ਕਚਨਾਰ ਦਾ ਰੁੱਖ ਸੀਗਾ। ਇਹਦੇ ਜਿਹੜੇ ਪੌਦੇ ਆ, ਉਹ ਬੀਜ ਤੋਂ ਬੜੀ ਆਸਾਨੀ ਨਾਲ ਤਿਆਰ ਹੋ ਜਾਂਦੇ ਆ, ਅਤੇ ਜਦੋਂ ਅਸੀਂ ਇਹਨਾਂ ਨੂੰ, ਜੇ ਇਸ ਖੂਬਸੂਰਤ ਰੁੱਖ ਨੂੰ ਆਪਣੀਆਂ ਬਗੀਚੀਆਂ ਦਾ ਸ਼ਿੰਗਾਰ ਬਣਾਉਣਾ, ਤਾਂ ਸਾਡੇ ਕੋਲ ਸਾਲ ਦੇ ਵਿੱਚ ਦੋ ਬੜੇ ਵਧੀਆ ਢੁੱਕਵੇਂ ਮੌਸਮ ਨੇ, ਅਸੀਂ ਫਰਵਰੀ ਮਾਰਚ 'ਚ ਲਾ ਸਕਦੇ ਹਾਂ, ਫਿਰ ਉਸ ਤੋਂ ਬਾਅਦ ਬਰਸਾਤ ਰੁੱਤ ਦੇ ਵਿੱਚ ਜੁਲਾਈ, ਅਗਸਤ, ਸਪਤੰਬਰ ਤੱਕ ਆਰਾਮ ਨਾਲ ਲੱਗ ਸਕਦਾ। ਔਰ ਇਹ ਬਿਹਤਰੀਨ ਰੁੱਖ ਬਹੁਤ ਆਪਣੀ ਮਤਲਬ ਸ਼ੇਡ ਦੇ ਲਈ ਵੀ ਮਸ਼ਹੂਰ ਆ, ਲੋਕ ਇਹਨੂੰ ਛਾਂ ਦੇ ਤੌਰ 'ਤੇ ਵੀ ਵਰਤ ਲੈਂਦੇ ਆ, ਔਰ ਜਾਨਵਰਾਂ ਨੂੰ ਚਾਰੇ ਦੇ ਤੌਰ 'ਤੇ ਵੀ ਵਰਤਿਆ ਜਾਂਦਾ, ਇਹਦੇ ਪੱਤੇ ਪਾਏ ਜਾਂਦੇ ਆ, ਫੁੱਲ ਪਾਏ ਜਾਂਦੇ ਆ। ਔਰ ਲੈਂਡਸਕੇਪਿੰਗ ਦੇ ਵਿੱਚ ਅੱਜ ਕੱਲ੍ਹ ਜਿਹੜਾ ਲੈਂਡਸਕੇਪਿੰਗ ਦੇ ਵਿੱਚ ਰੁਝਾਨ ਜਿੱਦਾਂ ਹੈਗਾ, ਰੀਸੈਂਟ ਕਮਰਸ਼ੀਅਲ ਲੈਂਡਸਕੇਪਿੰਗ 'ਚ ਜਿੱਦਾਂ ਅਸੀਂ ਪਾਮ ਬਹੁਤ ਯੂਜ਼ ਕਰ ਰਹੇ ਹਾਂ,
ਤਾਂ ਇਹ ਪਰ ਇਹਦੇ ਵਿੱਚ ਇਹਦੀ ਇੱਕ ਖਾਸੀਅਤ ਆ, ਜੇ ਤੁਸੀਂ ਆਸੇ ਪਾਸੇ ਮਾਹੌਲ ਵੀ ਦੇਖੋਗੇ ਇੱਥੇ ਤੁਹਾਨੂੰ ਅਨੇਕਾਂ ਹੀ ਤੁਹਾਨੂੰ ਤੋਤੇ ਮਿਲਣਗੇ, ਚਿੜੀਆਂ ਮਿਲਣਗੀਆਂ, ਤੁਹਾਨੂੰ ਗਿਟਾਰਾਂ ਮਿਲਣਗੀਆਂ, ਬੜੇ ਅਲੱਗ ਅਲੱਗ ਤਰ੍ਹਾਂ ਦੇ ਤੁਹਾਨੂੰ ਅੱਛਾ ਈਵਨ ਕਾਟੋ ਗਲਹਿਰੀ ਜਿਹਨੂੰ ਕਹਿੰਦੇ ਆ ਉਹ ਮਿਲੂਗੀ। ਮਤਲਬ ਇਹ ਕੁਦਰਤ ਪੱਕੀ ਰੁੱਖ ਆ, ਕਿਉਂਕਿ ਇਹਦੇ ਜਿਹੜੇ ਫਲ ਆ ਅਤੇ ਜਿਹੜੇ ਫੁੱਲ ਨੇ ਉਹ ਬੜੇ ਮਤਲਬ ਗੁਣਕਾਰੀ ਵੀ ਆ, ਅਤੇ ਇਹਨੂੰ ਜਿਹੜੀ ਹੈਗੀ ਆ ਕੁਦਰਤ ਲਾਈਕ ਕਰਦੀ ਆ, ਕੁਦਰਤ ਦੀਆਂ ਜਿਹੜੀਆਂ ਨਿਆਮਤਾਂ ਨੇ, ਪੰਛੀ ਆ, ਛੋਟੇ ਛੋਟੇ ਮੋਟੇ ਜਾਨਵਰ ਆ, ਉਹ ਵੀ ਖਾਣਾ ਪਸੰਦ ਕਰਦੇ ਆ। ਅੱਛਾ, ਇੱਕ ਬੜੀ ਅਹਿਮ ਚੀਜ਼ ਤੁਹਾਨੂੰ ਇਸ ਰੁੱਖ ਬਾਰੇ ਦੱਸਣੀ ਚਾਹੂੰਗਾ ਕਿ ਜਿਹੜਾ ਬਹੂਨੀਆਂ ਪਰਪੇਰੀਆ ਅਤੇ ਜਾਂ ਬਹੂਨੀਆਂ ਵੇਰੀਗੇਟਾ, ਉਹਨਾਂ ਨੂੰ ਫਲੀਆਂ ਲੱਗਦੀਆਂ, ਫਲ ਪੈਂਦੇ ਆ, ਅਤੇ ਜਿਹੜੇ ਰੁੱਖ ਥੱਲੇ ਆਪਾਂ ਬੈਠੇ ਹੋਏ ਹਾਂ ਇਹਨੂੰ ਜਦੋਂ ਤੁਸੀਂ ਧਿਆਨ ਨਾਲ ਜੇ ਸਾਰੇ ਰੁੱਖ ਦੁਆਲੇ ਚੱਕਰ ਕੱਢ ਲਈਏ ਆਪਾਂ, ਇਹਨੂੰ ਇੱਕ ਵੀ ਫਲੀ ਨਹੀਂ ਦਿਖਾਈ ਦੇਊਗੀ। ਕਿਉਂ? ਕਿਉਂਕਿ ਇਹ ਰੁੱਖ ਸਟਰਲਾਈਲ ਹੈ, ਔਰ ਉਹਦਾ ਮਤਲਬ ਕਿ ਇਹ ਬਾਂਝ ਆ, ਇਹ ਅਸਲ 'ਚ ਦਰਅਸਲ ਬਹੂਨੀਆਂ ਬਲੈਕੀਅਨਾਂ ਦੀ ਜਿਹੜੀ ਕਿਸਮ ਹੈ, ਇਹ ਇੱਕ ਤਰ੍ਹਾਂ ਦਾ ਇਹ ਨੈਚੁਰਲ ਸਪੀਸੀ ਨਹੀਂ ਹੈਗੀ, ਇਹ ਕ੍ਰੋਸ ਹੈ, ਇਸ ਕਰਕੇ ਇਹਨੂੰ ਫਲ ਨਹੀਂ ਪੈਂਦੇ। ਜੇ ਬਹੁਤ ਰੇਅਰਲੀ ਕਿਤੇ ਸਾਰੇ ਦੋ ਚਾਰ ਦਸਾਂ ਰੁੱਖਾਂ ਮਗਰ ਤੁਹਾਨੂੰ ਇੱਕ ਅੱਧੀ ਫਲੀ ਦਿਖ ਵੀ ਜਾਊਗੀ, ਤਾਂ ਉਹਦੇ ਵਿੱਚ ਸੀਡ ਕਦੇ ਨਹੀਂ ਪਣਪਦਾ, ਕਿਉਂਕਿ ਇਹ ਕ੍ਰੋਸ ਆ। ਸੋ ਕੁੱਲ ਮਿਲਾ ਕੇ ਇਹ ਜਿਹੜਾ ਕਚਨਾਰ ਨਾਮੀ ਖੂਬਸੂਰਤ ਰੁੱਖ ਹੈ ਜਿਹਦੇ ਤੁਹਾਡੇ ਦਰਸ਼ਨ ਦੀਦਾਰ ਕਰਾਏ ਆ, ਕੌਫੀ ਵੀ ਪਿਆਈ ਹੈ, ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਦੇਖ ਕੇ ਕੌਫੀ ਪੀਣ ਨੂੰ ਮਨ ਕਰਾਇਆ ਹੋਊਗਾ। ਇਹ ਬੜਾ ਖੂਬਸੂਰਤ ਰੁੱਖ ਆ, ਜਿਹੜੇ ਸੱਜਣਾਂ ਬੇਲੀਆਂ ਕੋਲ ਘਰਾਂ ਦੇ ਵਿੱਚ, ਬਗੀਚੀਆਂ ਦੇ ਵਿੱਚ, ਖੇਤਾਂ ਦੇ ਵਿੱਚ ਜਗ੍ਹਾ ਹੈਗੀ ਆ, ਸਾਨੂੰ ਇਸ ਤਰ੍ਹਾਂ ਦੇ ਗੁਣਕਾਰੀ ਰੁੱਖ ਲਾਉਣੇ ਚਾਹੀਦੇ ਆ, ਤਾਂ ਜੋ ਸਾਡੀ ਜਿਹੜੀ ਧਰਤ ਆ ਫੁੱਲਾਂ ਨਾਲ ਵੀ ਸ਼ਿੰਗਾਰੀ ਜਾਵੇ, ਅਤੇ ਸਾਨੂੰ ਸੋਹਣੇ ਸੋਹਣੇ ਦ੍ਰਿਸ਼ ਵੀ ਮਿਲਣ, ਵੇਖਣ ਨੂੰ ਮਿਲਣ, ਅਤੇ ਉਹਦੇ ਨਾਲ ਅਸੀਂ ਕੁਦਰਤ ਪੱਖੀ ਵਰਤਾਰੇ ਵਿੱਚ ਆਪਣਾ ਯੋਗਦਾਨ ਪਾਈਏ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ, ਤੁਸੀਂ ਵਧੇਰੇ ਜਾਣਕਾਰੀ ਲੈਣ ਦੇ ਲਈ ਈਕੋ ਸਿੱਖ ਨੂੰ ਤੁਸੀਂ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ 'ਤੇ ਫੋਲੋ ਕਰਕੇ ਤੁਸੀਂ ਕੁਦਰਤ ਪੱਖੀ ਹੋਰ ਜੋ ਕਾਰ ਚੱਲ ਰਹੇ ਆ ਉਹਨਾਂ ਬਾਰੇ ਵੀ ਜਾਣਕਾਰੀ ਲੈ ਸਕਦੇ। ਇੰਨੀਆਂ ਗੱਲਾਂ ਕਹਿੰਦਾ ਹੋਇਆ ਫਿਰ ਕਿਸੇ ਦਿਨ ਫਿਰ ਕਿਸੇ ਹੋਰ ਰੁੱਖ ਨਾਲ ਕੋਈ ਚਾਹ ਪਾਣੀ ਕੋਈ ਹੋਰ ਚੀਜ਼ ਛਕਾਂਗੇ, ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਤਦ ਤੱਕ ਲਈ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਵੰਨ ਸੁਵੰਨੇ ਫੁੱਲ ਬੂਟੇ ਲਾਉਂਦੇ ਰਹੋ, ਅਤੇ ਪਹਿਲਾਂ ਲੱਗਿਆਂ ਨੂੰ ਬਚਾਉਂਦੇ ਰਹੋ। ਧੰਨਵਾਦ, ਰੱਬ ਰੱਖਾ। Thank you.